ਤੁਸੀਂ ਹੁਣ ਸੋਚਦੇ ਹੋਵੋਗੇ ਕਿ ਬੰਦਾ ਰਾਤੋ ਰਾਤ ਕਿਸ ਤਰ੍ਹਾਂ ਵਾਇਰਲ ਹੋ ਗਿਆ। ਇਹਦੀ ਪੂਰੀ ਸਟੋਰੀ ਸੁਣਨ ਲਈ ਇਸ ਵੀਡੀਓ ਨੂੰ ਐਂਡ ਤੀਕਰਾਂ ਵੇਖੋ ਕਿ ਕਿਸ ਤਰ੍ਹਾਂ ਰਾਤੋ ਰਾਤ ਯੂਟਿਊਬ 'ਤੇ ਵਾਇਰਲ ਹੋ ਗਿਆ। ਇਹ ਵੀ ਇੱਕ ਗਰੀਬ ਬੰਦਾ ਸੀ ਅਤੇ ਜਿਹੜਾ ਰਾਤੋ ਰਾਤ ਵਾਇਰਲ ਹੋ ਕੇ ਅਤੇ ਲੱਖ ਰੁਪਈਆ ਹੁਣ ਕਮਾ ਰਿਹਾ। ਲੱਖ ਕੀ, ਇਹ ਹੁਣ ਲੱਖਾਂ ਦੇ ਹਿਸਾਬ ਨਾਲ ਰੁਪਈਏ ਕਮਾ ਰਿਹਾ। ਮੈਂ ਚਾਹ ਰਿਹਾ ਕਿ ਤੁਸੀਂ ਵੀ ਇਹਨੂੰ ਫੋਲੋ ਕਰੋ ਅਤੇ ਇਹਦੇ ਤਰ੍ਹਾਂ ਤੁਸੀਂ ਵੀ ਯੂਟਿਊਬ 'ਤੇ ਚੈਨਲ ਬਣਾਓ ਅਤੇ ਲੱਖਾਂ ਰੁਪਈਏ ਕਮਾਓ। ਇਹਦੀ ਤਲੀਮ ਵੀ ਸਿਰਫ ਇਹ 5 ਪੜਿਆ, ਸਿਰਫ 5। ਤੁਸੀਂ ਇਹਦਾ ਤਰੀਕਾ ਫਾਲੋ ਕਰਨ ਲਈ ਇਹ ਵੀਡੀਓ ਨੂੰ ਮਜ਼ੀਦ ਪੂਰਾ ਵੇਖੋ, ਜਿਹੜੀ ਤੁਹਾਡੇ ਕੰਮ ਆਵੇ, ਕਿ ਤੁਸੀਂ ਵੀ ਰਾਤੋ ਰਾਤ ਗਰੀਬ ਤੋਂ ਇੱਕ ਅਮੀਰ ਹੋ ਜਾਓ, ਕਰੋੜਪਤੀ ਹੋ ਜਾਓ, ਲੱਖਾਂ ਦੇ ਹਿਸਾਬ ਨਾਲ ਰੁਪਈਏ ਕਮਾਓ। ਜੇ ਇਹ ਬੰਦਾ ਵਾਇਰਲ ਹੋ ਸਕਦਾ ਤਾਂ ਕੀ ਗੱਲ ਤੁਸੀਂ ਕਿਉਂ ਨਹੀਂ ਹੋ ਸਕਦੇ? ਤੁਹਾਡੇ 'ਚ ਕਿਹੜੀ ਕਮੀ ਹੈ? ਅਤੇ ਆਓ ਤੁਹਾਨੂੰ ਅਸੀਂ ਦੱਸਦੇ ਕਿ ਬੰਦਾ ਕੌਣ ਹੈ। ਇਹ ਸਾਇਰ ਹੈ, ਇਹਨੇ ਸ਼ਰਬਤ ਦੀ ਰੇਹੜੀ ਲਾਈ, ਭੱਠੇ 'ਤੇ ਇੱਟਾਂ ਬਣਾਦਾ ਰਿਹਾ ਹੈ, ਕਬਾੜੀਏ ਦੀ ਇਸ ਬੰਦੇ ਨੇ ਦੁਕਾਨ ਬਣਾਈ ਰੱਖੀ। ਅਤੇ ਇਹਨੇ ਹੁਣ ਸੋਚੋ ਕਿ ਇਹਨੇ ਕਿਹੜਾ ਫਾਰਮੂਲਾ ਇਸਤੇਮਾਲ ਕੀਤਾ ਹੈ ਅਤੇ ਵਾਇਰਲ ਹੋ ਗਿਆ ਰਾਤੋ ਰਾਤ, ਕਿ ਇਹਨੇ ਕਿਹੜਾ ਟ੍ਰਿਕ ਵੀਡੀਓ 'ਤੇ ਲਾਇਆ ਅਤੇ ਰਾਤੋ ਰਾਤ ਵਾਇਰਲ ਹੋ ਗਈ। ਕਿ ਇਸ ਬੰਦੇ ਨੇ ਹਿੰਮਤ ਨਹੀਂ ਹਾਰੀ ਅਤੇ ਦਿਲ ਨਹੀਂ ਛੱਡਿਆ, ਇਹਨੇ ਦਿਲ ਨੂੰ ਮਜ਼ਬੂਤ ਕਰਕੇ, ਆਪਦਾ ਰਾਤਾ ਮਜ਼ਬੂਤ ਕਰਕੇ ਕਿ ਮੈਂ ਇਹਦੇ 'ਤੇ ਯੂਟਿਊਬ 'ਤੇ ਵਾਇਰਲ ਹੋਣਾ ਹੈ। ਅਤੇ ਇੱਕ ਦਿਨ ਆਇਆ ਕਿ ਉਹ ਵਾਇਰਲ ਹੋ ਕੇ ਰਿਹਾ। ਅਤੇ ਮੈਂ ਇਸੇ ਤਰ੍ਹਾਂ ਇਹਦੇ ਮੂੰਹੋਂ ਸੁਣ ਲਿਆ ਜੇ, ਅੱਖੀ ਵੇਖ ਲਿਆ ਜੇ, ਅੱਗੇ ਮੈਂ ਇਹਦਾ ਵੀਡੀਓ ਲਾਉਣਾ ਕਿ ਮੈਂ ਇਸੇ ਲਈ ਵੀਡੀਓ ਬਣਾਈ ਕਿ ਤੁਸੀਂ ਇਹਨੂੰ ਵੇਖੋ, ਇਹਨੂੰ ਫਾਲੋ ਕਰੋ, ਤੁਸੀਂ ਵੀ ਇਹਦੇ ਤਰ੍ਹਾਂ ਕਾਮਯਾਬ ਹੋਵੋ। ਕਿ ਮੈਂ ਚਾਹ ਰਿਹਾ ਕਿ ਪਾਕਿਸਤਾਨ ਦੇ ਵਿੱਚ ਕੋਈ ਗਰੀਬ ਨਾ ਰਹੇ, ਸਾਰੇ ਆਪਦੇ ਗਰੀਬ ਆਉਣ, 2 ਚੜ ਪੜ੍ਹੇ, 5 ਪੜ੍ਹੇ, ਆਪਦਾ ਤੁਸੀਂ ਪੜ੍ਹ ਤਾਂ ਸਕਦੇ, ਜੇ 5 ਪੜ੍ਹਿਆ ਤੁਸੀਂ ਵਾਇਰਲ ਹੋ ਸਕਦਾ ਤਾਂ ਤੁਸੀਂ ਕਿਉਂ ਨਹੀਂ ਹੋ ਸਕਦੇ? ਆਓ ਯੂਟਿਊਬ 'ਤੇ ਅੱਜ ਹੀ ਚੈਨਲ ਆਪਦਾ ਬਣਾਓ ਅਤੇ ਅੱਜ ਹੀ ਯੂਟਿਊਬ ਸਿੱਖੋ ਅਤੇ ਇਹਦੇ 'ਤੇ ਵੀਡੀਓ ਅਪਲੋਡ ਕਰੋ ਅਤੇ ਰਾਤੋ ਰਾਤ ਵਾਇਰਲ ਹੋਵੋ ਅਤੇ ਲੱਖਾਂ ਦੇ ਹਿਸਾਬ ਨਾਲ ਰੁਪਈਏ ਕਮਾਓ। ਅਤੇ ਮਜ਼ੀਦ ਇਹੋ ਜਿਹੀ ਵੀਡੀਓ ਵੇਖਣ ਲਈ ਇਸ ਚੈਨਲ ਨੂੰ ਲਾਈਕ ਕਰੋ, ਸਬਸਕ੍ਰਾਈਬ ਕਰੋ ਔਰ ਕਮੈਂਟ ਕਰੋ ਕਿ ਆਪਦੀ ਰਾਏ ਦਾ ਇਜ਼ਹਾਰ ਕਰੋ। ਇਹ ਸਾਇਰ ਦੀ ਵੀਡੀਓ ਦਾ ਲਿੰਕ ਮੈਂ ਥੱਲੇ ਲਾ ਦਿੱਤਾ, ਮਜ਼ੀਦ ਜਾ ਕੇ ਵੇਖ ਸਕਦੇ ਜੇ।